वाहिगुरु जी का खालसा, वाहिगुरु जी की फतेह। अज असी PSL बुक पंजाबी रीडर 3A दे विच काम कर रहे हैं। तो असी पहले दो सैक्शन दे विच लैसन नंबर 15 पेज 55 55 ते असी वोकैबलरी दा सैक्शन कीता सी। फिर असी ये लैसन पढ़िया सी, दो बारी पढ़िया। एक बारी मैं पढ़ के सुनाया, एक बारी तुसी मेरे पिछे पिछे पढ़िया सी। हुण असी इस तरह करांगे कि तुसी ये लैसन दोबारा पढ़ोगे ते फिर क्वेश्चंस दे आंसर लिखोगे। सो मैं तुहानू क्वेश्चन एक्सप्लेन कर दांगी, तुसी मेरे नाल क्वेश्चन पढ़ो ते फिर तुसी अपने आप इन्हां दे आंसर लिखोगे जिस तरह के मैं लिखे हन। ठीक है? सो राइट आंसर्स टू दीस क्वेश्चंस इन पंजाबी, पंजाबी कपड़े। राइट, आदमी ਕਿਹੜੇ ਕੱਪੜੇ ਪਾਉਂਦੇ ਹਨ? ਇਹ ਸਾਰੇ ਆਨਸਰ ਤੁਹਾਡੇ ਲੈਸਨ ਦੇ ਵਿੱਚ ਲਿਖੇ ਹੋਏ ਨੇ ਤੇ ਤੁਸੀਂ ਕੁਐਸਚਨ ਦੇ ਵਿੱਚੋਂ ਵਰਡ ਯੂਜ਼ ਕਰ ਸਕਦੇ ਹੋ। ਜਿਵੇਂ ਆਦਮੀ ਕਾਲਰ ਵਾਲੀ ਕਮੀਜ਼ ਦੇ ਨਾਲ ਪੈਂਟ ਪਾਉਂਦੇ, ਅਸੀਂ ਪਾਉਂਦੇ ਹਨ ਵੀ ਯੂਜ਼ ਕੀਤਾ ਤੇ ਆਦਮੀ ਵੀ ਯੂਜ਼ ਕੀਤਾ। ਠੀਕ ਹੈ, ਇਸ ਤਰ੍ਹਾਂ ਤੁਸੀਂ ਆਨਸਰ ਲਿਖੋਗੇ। ਮੁੰਡੇ ਕਿਹੜੇ ਕੱਪੜੇ ਪਾਉਂਦੇ ਹਨ? ਮੁੰਡੇ ਟੀ ਸ਼ਰਟ, ਨਿੱਕਰ ਅਤੇ ਜੀਨ ਪਾਉਂਦੇ ਹਨ। ਕੁੜੀਆਂ ਵੀ ਇਹ ਕੱਪੜੇ ਪਾ ਲੈਂਦੀਆਂ। ਰਾਈਟ, ਔਰਤਾਂ ਕਿਹੜੇ ਕੱਪੜੇ ਪਾਉਂਦੀਆਂ ਹਨ? ਔਰਤਾਂ ਕਮੀਜ਼, ਸਲਵਾਰ, ਪਜਾਮੀ ਅਤੇ ਚੁੰਨੀ ਪਾਉਂਦੀਆਂ ਹਨ। ਕੁੜੀਆਂ ਵੀ ਇਹ ਸੇਮ ਕੱਪੜੇ ਪਾਉਂਦੀਆਂ। ਬਜ਼ੁਰਗ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਹਨ? ਬਜ਼ੁਰਗ ਹਲਕੇ ਰੰਗਾਂ ਦੇ ਕੱਪੜੇ ਪਾਉਂਦੇ ਹਨ। ਗੂੜੇ ਰੰਗ ਬਿਰੰਗੇ ਕੱਪੜੇ ਕਦੋਂ ਪਾਏ ਜਾਂਦੇ ਹਨ? ਗੂੜੇ ਮੀਨਸ ਡਾਰਕ, ਰੰਗ ਬਿਰੰਗੇ ਮੀਨਸ ਮਲਟੀ ਕਲਰ। ਗੂੜੇ ਰੰਗ ਬਿਰੰਗੇ ਕੱਪੜੇ ਪਾਰਟੀਆਂ ਅਤੇ ਵਿਆਹਾਂ 'ਤੇ ਪਾਏ ਜਾਂਦੇ ਹਨ। ਇਹ ਆਨਸਰ ਤੁਹਾਡੀ ਕਿਤਾਬ ਦੇ ਵਿੱਚੋਂ ਮੈਂ ਲਿਖੇ ਨੇ। ਠੀਕ ਹੈ, ਪੈਂਟ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਪੈਂਟ 3 ਤਰ੍ਹਾਂ ਦੀ ਹੁੰਦੀ ਹੈ, ਪੈਂਟ, ਖਾਕੀ ਪੈਂਟ ਅਤੇ ਜੀਨ। ਠੀਕ ਹੈ, ਸੋ ਇਹ ਤੁਸੀਂ ਆਨਸਰਸ ਪਿੱਛੋਂ ਦੇਖ ਕੇ, ਸਪੈਲਿੰਗ ਗਲਤੀਆਂ ਨਹੀਂ ਕਰਨੀਆਂ, ਪੂਰੇ ਸੈਂਟੈਂਸ ਦੇ ਵਿੱਚ ਤੁਸੀਂ ਲਿਖੋਗੇ। ਨਾ ਨੈਕਸਟ ਪਾਰਟ ਦੇ ਵਿੱਚ ਡਾਇਰੈਕਸ਼ਨਸ ਵਿੱਚ ਗਲਤੀ ਹੈਗੀ ਹੈ। ਸੋ ਤੁਸੀਂ ਕੀ ਕਰਨਾ ਕਿ ਤੁਸੀਂ ਸੈਂਟੈਂਸਿਸ ਦੇ ਪਾਰਟਸ ਨੇ, ਇਹ ਪਾਰਟ 1 ਅਤੇ ਇਹ ਪਾਰਟ 2, ਤੁਸੀਂ ਇਹਨਾਂ ਨੂੰ ਆਪਸ ਵਿੱਚ ਜੋੜਨਾ ਅਤੇ ਇਹਦੇ ਵਿੱਚ ਇੱਕ ਦੇ ਵਿੱਚ ਗਲਤੀ ਹੈਗੀ ਹੈ ਉਹ ਮੈਂ ਕਰੋਸ ਆਊਟ ਕਰ ਦਿੱਤਾ। ਨੰਬਰ 3 ਅਤੇ ਨੰਬਰ 8 ਯੂਜ਼ ਨਹੀਂ ਹੋਣਗੇ, ਇਹਨਾਂ ਨੂੰ ਤੁਸੀਂ ਕ੍ਰੋਸ ਆਊਟ ਕਰ ਦਿਓ। ਬਾਕੀ ਅਸੀਂ ਦੇਖਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਕਨੈਕਟ ਕਰਾਂਗੇ। ਇਹ ਤਰੀਕਾ ਅਸੀਂ ਵਰਤਾਂਗੇ। ਦੁਮਾਲਾ, ਵੱਖਰੇ ਰੰਗ ਵਰਤੇ ਜਾਂਦੇ ਹਨ, ਦੈਟ ਡਜ਼ਨਟ ਮੇਕ ਸੈਂਸ। ਰਾਈਟ, ਦੁਮਾਲਾ ਵੱਖਰੇ ਰੰਗ ਵਰਤੇ ਜਾਂਦੇ ਹਨ। ਦੁਮਾਲਾ ਸਾਦੇ ਅਤੇ ਹਲਕੇ ਰੰਗਾਂ ਦੇ ਕੱਪੜੇ ਪਾਉਂਦੇ ਹਨ, ਨੋ। ਦੁਮਾਲਾ ਡਰੈਸ ਪੈਂਟ, ਖਾਕੀ ਪੈਂਟ ਅਤੇ ਜੀਨ, ਨੋ। ਦੁਮਾਲਾ ਗੋਲ ਪੱਗ ਹੁੰਦੀ ਹੈ, ਦੈਟਸ ਰਾਈਟ, ਸਾਊਂਡਸ ਰਾਈਟ। ਰਾਈਟ, ਸੋ ਇਹਦੇ ਅੱਗੇ ਅਸੀਂ ਨੰਬਰ 1 ਲਿਖ ਦਿੱਤਾ। ਬਜ਼ੁਰਗ, ਵੱਖਰੇ ਰੰਗ ਵਰਤੇ ਜਾਂਦੇ ਹਨ, ਦੈਟ ਡਜ਼ਨਟ ਮੇਕ ਸੈਂਸ। ਸਾਦੇ ਅਤੇ ਹਲਕੇ ਰੰਗਾਂ ਦੇ ਕੱਪੜੇ ਪਾਉਂਦੇ ਹਨ, ਦੈਟ ਮੇਕ ਸੈਂਸ ਰਾਈਟ। ਸੋ ਅਸੀਂ ਇੱਥੇ ਨੰਬਰ 2 ਲਿਖਤਾ। ਨੰਬਰ 3 ਅਸੀਂ ਸਕਿਪ ਕਰ ਦਿੱਤਾ ਕਿਉਂਕਿ ਉਹ ਗਲਤ ਹੈ। ਨੰਬਰ 4, ਵੱਖਰੇ ਮੌਕਿਆਂ 'ਤੇ ਵੱਖਰੇ ਰੰਗ ਵਰਤੇ ਜਾਂਦੇ ਹਨ, ਦੈਟ ਸਾਊਂਡਸ ਰਾਈਟ ਰਾਈਟ। ਸੋ ਅਸੀਂ ਇੱਥੇ ਨੰਬਰ 4 ਲਿਖ ਦਾਂਗੇ। ਪੈਂਟ ਕਈ ਤਰ੍ਹਾਂ ਦੀ ਹੁੰਦੀ ਹੈ, ਡਰੈਸ ਪੈਂਟ, ਖਾਕੀ ਪੈਂਟ ਅਤੇ ਜੀਨ। ਈਜ਼ੀ ਸੀ ਰਾਈਟ। ਸੋ ਇਹਨੂੰ ਤੁਸੀਂ ਹੁਣ ਕੀ ਕਰੋਗੇ, ਸੈਂਟੈਂਸ ਕੁਨੈਕਟ ਕਰੋਗੇ। ਨੰਬਰ 1 ਨੂੰ ਈ ਦੇ ਨਾਲ, ਦੁਮਾਲਾ ਗੋਲ ਪੱਗ ਹੁੰਦੀ ਹੈ, ਇਹ ਤੁਸੀਂ ਕੰਪਲੀਟ ਸੈਂਟੈਂਸਿਸ ਇਹਨਾਂ ਲਾਈਨਸ ਦੇ ਉੱਤੇ ਲਿਖੋਗੇ। ਠੀਕ ਹੈ, ਬਾਅਦ ਦੇ ਵਿੱਚ ਲਿਖੋਗੇ ਜਦੋਂ ਅਸੀਂ ਇੱਥੋਂ ਹੈਂਗ ਅਪ ਕਰ ਦਾਂਗੇ। ਨੈਕਸਟ ਐਕਟੀਵਿਟੀ ਤੁਸੀਂ ਕਰੋਗੇ, ਇਹਦੇ ਨਾਲ ਵੀ ਤੁਹਾਨੂੰ ਪੜ੍ਹਨਾ ਵੀ ਆਏਗਾ, ਤੁਹਾਨੂੰ ਸ਼ਬਦਾਂ ਦੀ ਪਛਾਣ ਹੋ ਜਾਏਗੀ ਅਤੇ ਇਟਸ ਫਨ। ਤੁਸੀਂ ਇਹ ਸ਼ਬਦ ਪੜ੍ਹੋਗੇ ਸਾਰੇ ਅਤੇ ਫਿਰ ਇਹ ਸ਼ਬਦ ਤੁਸੀਂ ਵਰਡ ਸਰਚ ਦੇ ਵਿੱਚ ਲੱਭੋਗੇ ਅਤੇ ਜਦੋਂ ਤੁਸੀਂ ਇਹ ਕਰੋਗੇ ਤੁਹਾਡੀ ਰੀਡਿੰਗ ਦੀ ਪ੍ਰੈਕਟਿਸ ਹੋ ਰਹੀ ਹੈ ਅਤੇ ਤੁਸੀਂ ਫਨ ਵੀ ਕਰ ਰਹੇ ਹੋ। ਠੀਕ ਹੈ, ਫਿਰ ਤੁਸੀਂ ਇਹ ਸਾਰੀਆਂ ਐਕਟੀਵਿਟੀਜ਼ ਦੀ ਇਸ ਪੇਜ ਦੀ ਵੀ ਫੋਟੋ ਲੈ ਕੇ ਤੁਸੀਂ ਆਪਣੇ ਟੀਚਰਸ ਨੂੰ ਵਟਸਐਪ 'ਤੇ ਭੇਜ ਸਕਦੇ ਹੋ। ਅਤੇ ਆਲਸੋ ਇੱਕ ਫਰੈਂਡ ਨੇ ਮੈਨੂੰ ਆਈਡੀਆ ਦਿੱਤਾ ਕਿ ਤੁਸੀਂ ਆਪਣੀ ਵੋਇਸ ਰਿਕੋਰਡਿੰਗ ਦੇ ਵਿੱਚ ਇਹ ਲੈਸਨ ਪੜ੍ਹੋ। ਇਹ ਲੈਸਨ ਪੜ੍ਹ ਕੇ ਤੁਸੀਂ ਰਿਕੋਰਡਿੰਗ ਕਰੋ, ਤੁਸੀਂ ਵੀਡੀਓ ਵੀ ਬਣਾ ਸਕਦੇ ਹੋ ਅਤੇ ਤੁਸੀਂ ਆਪਣੀ ਟੀਚਰਸ ਨੂੰ ਵੀ ਭੇਜ ਸਕਦੇ ਹੋ ਉਹਦੇ ਨਾਲ। ਸੋ ਇਸ ਤਰ੍ਹਾਂ ਕਰਕੇ ਤੁਸੀਂ ਬੋਲੋਗੇ ਵੀ, ਤੁਸੀਂ ਪੜ੍ਹੋਗੇ ਵੀ, ਤੁਸੀਂ ਲਿਖੋਗੇ ਵੀ ਅਤੇ ਤੁਹਾਨੂੰ ਪੰਜਾਬੀ ਆ ਜਾਏਗੀ। ਠੀਕ ਹੈ, ਐਂਡ ਵੀ ਵਿਲ ਬੀ ਸੋ ਪ੍ਰਾਊਡ ਆਫ ਯੂ। ਸੋ ਥੈਂਕ ਯੂ ਸੋ ਮੱਚ ਫੋਰ ਵਰਕਿੰਗ ਹਾਰਡ ਵਿਦ ਮੀ, ਐਂਡ ਆਈਲ ਸੀ ਯੂ ਸੂਨ ਫੋਰ ਲੈਕਸਨ ਨੰਬਰ 16। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।